ਮਾਰੀ ਜ਼ੋਰਦਾਰ ਮਾਰਦੇ ਫਾਈਨਲ ਮੈਚ ਦੇ ਲਈ ਐਨ ਫਾਈਨਲ ਮੈਚ ਨੇ ਸਿਰੇ ਦਾ ਮੇਰੇ ਵੀਰੋ ਪਹਿਲੀ ਰੇਡ ਪਾਉਣ ਦੇ ਲਈ ਕਹਿੰਦੇ ਢੋਟੇ ਮਾਜਰੇ ਪਿੰਡ ਵਾਲਾ ਨੌਜਵਾਨ ਕਹਿੰਦੇ ਸੁੱਖੀ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਫੌਜੀ ਦੇ ਹਰ ਇੱਕ ਜਫੇ ਦੇ ਉੱਪਰ ਸਾਡੇ ਭਰਾ ਕਹਿੰਦੇ ਬਿੱਲੇ ਵੱਲੋਂ ਦਲਜੀਤ ਬਾਈ ਵੱਲੋਂ ਗੋਗੇ ਬਾਈ ਵੱਲੋਂ 500 ਦੇ ਵੱਡੇ ਮਾਣ ਇੱਧਰ ਕਹਿੰਦੇ ਸੁੱਖੀ ਦੀ ਰੇਟ ਜਿਹੜੀ ਉਹ ਪੈ ਰਹੀ ਹੈ ਜਾਫੀ ਚਾਰ ਨੇ ਆਏ ਕਹਿੰਦੇ ਸ਼ੇਰੂ ਧਨੌਰੀ ਵਾਲਾ ਪਰ ਕਹਿੰਦੇ ਪਹਿਲਾ ਨੰਬਰ ਢੋਟੇ ਮਾਜਰੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਲੜੀ ਕਰਦੀ ਗੱਲ ਸਤਨਾਮ ਸਿੰਘ ਪੈਂਦੀ ਰੇਟ ਦੀ ਲਓ ਸਾਹਮਣੇ ਕਹਿੰਦੇ ਆ ਨੌਜਵਾਨ ਅਮਨ ਕਕਰਾਲੀ ਦੀ ਧਰਤੀ ਦਾ ਛਿੰਦੇ ਨੇ ਅਰਸ਼ ਅਰਸ਼ ਦੇ ਨਾਲ ਕਹਿੰਦਾ ਕਹਿੰਦੇ ਦੇ ਨਾਲ ਬਿੱਟੂ ਆ ਕਿ ਸਾਨਾ ਵਰਗੇ ਰੇਡਰ ਜਾਓ ਕਿਹੜਾ ਟੱਕੂਗਾ ਕਿ ਲਾਏ ਰੋਪੜੀਏ ਜਿੰਦੇ ਤਾਂ ਕੋਈ ਮਾਈ ਦਾ ਲਾਲ ਹੀ ਪੱਟੂਗਾ ਉਹ ਬਾਜੀ ਨਵਜਾ ਫੜ ਕੇ ਦਿਲ 200 ਬੀਟ ਤੇ ਧੜਕੂਗਾ ਅੱਜ ਪੈਂਦੀਆਂ ਕੱਪ ਤੇ ਤਾਈਆਂ ਖੰਡਾ ਪੂਰਾ ਖੜਕੂਗਾ ਇਹ ਆ ਬਿੱਟੂ ਨੌਜਵਾਨ ਨਾ ਪਹਿਲੀ ਟਰਾਈ ਮੋਟਰਸਾਈਕਲ ਦੀ ਕਤਾਰ ਦੇ ਵਿੱਚ ਖੜਾ ਹੋ ਗਿਆ ਉਹ ਮਕਡਾਣੇ ਵਾਲਾ ਤੱਕ ਮੈਂ ਕਿਤੇ ਛੋਟੇ ਦੀ ਰੇਟ ਪੈਣ ਜਾ ਰਹੀ ਹੈ ਲਓ ਛੋਟਾ ਕਹਿੰਦੇ ਕਬੱਡੀ ਭਾਰ ਹੈ ਮੇਰੀ ਵੀਰੋ ਲਓ ਛੋਟੇ ਦੀ ਕਹਿੰਦੇ ਕਬੱਡੀ ਪੈਣ ਜਾ ਰਹੀ ਹੈ ਆਹ ਮੁੰਡੇ ਨੇ ਕਹਿੰਦੇ ਮੇਲਾ ਲੁੱਟਿਆ ਚ ਡੱਲੇ ਦਾ ਪਿਛਲੇ ਮੈਚ ਅੱਤ ਕਰਵਾਈ ਹੈ ਮੁੰਡੇ ਨੇ ਲਓ ਛੋਟਾ ਕਬੱਡੀ ਭਾਰ ਹੈ ਮੇਰੇ ਵੀਰੋ ਚਾਰ ਜਾਫੀ ਕਹਿੰਦੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਦੇ ਹੈ ਲਓ ਫੌਜੀ ਦੇ ਨਾਲ ਮੁਕਾਬਲਾ ਕਰਕੇ ਕਹਿੰਦੇ ਗੱਭਰੂ ਛੋਟਾ ਇੱਕ ਹੋਰ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਆ ਗਿਆ ਕਹਿੰਦੇ ਨੌਜਵਾਨ ਲਾਲੀ ਸਮਾਣੇ ਪਿੰਡ ਵਾਲਾ ਇੱਧਰ ਕਹਿੰਦੇ ਸਰਪੰਚ ਸਾਹਿਬ ਪੂਰੇ ਖੁਸ਼ ਨੇ ਗੋਲਡੀ ਬਾਈ ਦਾ ਧੰਨਵਾਦ ਹੈ ਕਹਿੰਦੇ ਹੈਪੀ ਦਾ ਧਿਆਨ ਹੀ ਚੱਕਿਆ ਜਾਂਦਾ ਹੈ ਨਾਲ ਭਰਾ ਸਾਡਾ ਕਹਿੰਦੇ ਪੰਮੇ ਹੁਣੀ ਖੁਸ਼ ਨੇ ਗੋਲਡੀ ਸਾਡਾ ਸਰਪੰਚ ਸਾਹਿਬ ਕਹਿੰਦੇ ਹੈ ਵੀ ਛੋਟੇ ਦੀਆਂ ਤਿੰਨਾਂ ਰੇਟਾਂ ਦੇ 500 ਪਰ ਕਹਿੰਦੇ ਖੜਕਾ ਦੜਕਾ ਇਹ ਅਰਸ਼ ਕਹਿੰਦੇ ਕਕਰਾਲੀ ਵਾਲਾ ਅਰਸ਼ ਕਕਰਾਲੀ ਵਾਲਾ ਕਮਾਲ ਕਰਦਾ ਹੋਇਆ ਐਨ ਕਕਰਾਲੀ ਵਾਲੇ ਨੇ ਵੀ ਕਮਾਲ ਕਰ ਦਿੱਤੀ ਹੈ ਸਿਰੇ ਦਾ ਮੈਚ ਆ ਫਾਈਨਲ ਮੈਚ ਹੈ ਡੱਲੇ ਦੀ ਧਰਤੀ ਆ ਗੋਲਡੀ ਹੁਣਾਂ ਦਾ ਕਰਨ ਉਹਨਾਂ ਨਾਲ ਉਹ ਕਹਿੰਦੇ ਵੀ ਪੰਨੇ ਵੀਰ ਉਹਨਾਂ ਦਾ ਮੇਲਾ ਸਾਹਮਣੇ ਸੁੱਖੀ ਨਾ ਏ ਮੁੰਡੇ ਦਾ ਜੋ ਹੁਣ ਕਬੱਡੀ ਪਾ ਰਹੇ ਹੈ ਕਿ ਜਦ ਪੱਬ ਪੱਟਣ ਗੱਭਰੂ ਧਰਤੀ ਹਿਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਉਧਰੋਂ ਸ਼ੇਰੂ ਆਹ ਮੁਕਾਬਲਾ ਮੰਗੀ ਦੇ ਨਾਲ ਆਹ ਮੁੰਡਾ ਕਹਿੰਦੇ ਵੀ ਸੁੱਖੀ ਭੱਜ ਗਿਆ ਲੈ ਵੀ ਉਹ ਚੱਕ ਮੈਂ ਤੇ ਕਾਲੂਗਰ ਚ ਆ ਗਿਆ ਲਓ ਕਾਲੂਗਰ ਚ ਆ ਗਿਆ ਕਹਿੰਦੇ ਕਬੱਡੀ ਪਾਉਣ ਦੇ ਲਈ ਮੇਰੀ ਵੀਰਿਓ ਕਾਲੂਗਰ ਚ ਕਹਿੰਦੇ ਇਹ ਵੀ ਸੀਨੀਅਰ ਖਿਡਾਰੀ ਕਹਿੰਦੇ ਵੀ ਸ੍ਰੀ ਚਮਕੌਰ ਸਾਹਿਬ ਦੀ ਅਕੈਡਮੀ ਦਾ ਪੱਬਾਂ ਦਾ ਸ਼ੋਅ ਲੈ ਲਓ ਪੈਂਦੀ ਹੋਈ ਰੇਡ ਤੇ ਹੁਣ ਦੇਖਾਂਗੇ ਇੱਕ ਕੰਨੀ ਤੇ ਕਹਿੰਦੇ ਕਿੰਦਾ ਢੋਡੇ ਮਾਜਰੇ ਵਾਲਾ ਉੱਠੋ ਸਿੰਘਾ ਲੱਗ ਫਿਰ ਜਾਣ ਦੇ ਵਿੱਚ ਪਰ ਆਹ ਰਾਫੀ ਦੇ ਵੀ ਚਰਚੇ ਕਹਿੰਦੇ ਬੜੇ ਹੋਏ ਆ ਇਹ ਆ ਗੱਭਰੂ ਕਹਿੰਦੇ ਇਸ ਵੇਲੇ ਗੱਭਰੂ ਕਹਿੰਦੇ ਸੁਖਮਨ ਦੀ ਟਰਾਈ ਕੀਤੀ ਹੋਈ ਹੈ ਅਰਸ਼ ਦੀ ਕਹਿੰਦੇ ਟਰਾਈ ਕੀਤੀ ਹੋਈ ਹੈ ਪਰ ਪੁਆਇੰਟ ਕਹਿੰਦੇ ਵੀ ਨੌਜਵਾਨ ਕਾਲੂ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਇੱਧਰ ਕਹਿੰਦੇ ਆ ਗਿਆ ਛੋਟਾ ਢੋਟੇ ਮਾਜਰੇ ਪਿੰਡ ਵਾਲਾ ਸਾਡੇ ਗੋਲਡੀ ਸਰਪੰਚ ਵੱਲੋਂ 500 ਗੋਲਡੀ ਬਾਈ ਦੇ ਚਾਚਾ ਜੀ ਵੱਲੋਂ 200 ਕਹਿੰਦੇ 700 ਤਿੰਨਾਂ ਰੇਟਾਂ ਤੇ ਹੈ ਸਾਡਾ ਭਰਾ ਸਿੰਮੀ ਸਪੇਨ ਵਾਲੇ ਵੱਲੋਂ ਫੌਜੀ ਜੱਫੇ ਦੇ 200 ਨਾਲ ਵੀਰ ਸਾਡਾ ਸੋਨੀ ਬਾਈ ਸੋਨੀ ਮਾਵੀ ਵੱਲੋਂ ਬਿੰਦਾ ਜਿੰਨੇ ਨੰਬਰ ਲਵੇਗਾ ਉਹਨੀ ਵੱਡੇ ਮਾਰ ਦਿੱਤੇ ਜਾਣਗੇ ਬਿੰਦਾ ਜਿੰਨੇ ਨੰਬਰ ਲਵੇਗਾ ਲਓ ਸੋਨੀ ਸਾਡਾ ਮਾਵੀ ਵੀਰ ਵੀ ਵੱਡੇ ਮਾਣ ਲਾ ਰਿਹਾ ਲਓ ਫਾਈਨਲ ਮੈਚ ਖੇਡਿਆ ਜਾ ਰਿਹਾ ਐਨ ਚੋਟੀ ਦਾ ਮੈਚ ਆ 1,72,000 ਦਾ ਮੈਚ ਜਿਹੜਾ ਆਪਾਂ ਖੇਡ ਮੈਦਾਨ ਦੇ ਵਿੱਚ ਵੇਖ ਰਹੇ ਹਾਂ ਉਹ ਅਮਨ ਦੀ ਰੇਡ ਪਈ ਹੋਈ ਹੈ ਸਾਹਮਣੇ ਚਾਰ ਜਾਫੀ ਨੇ ਕਿ ਚੈੱਕ ਕਰੀਏ ਇਤਿਹਾਸ ਕਿੰਨੇ ਬੰਦੇ ਅਸੀਂ ਖਾਸ਼ ਕਿੰਨੇ ਪੁੰਨ ਕੀਤੇ ਕਿੰਨੇ ਪਾਪ ਬੋਲਦੇ ਹੋ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਸਾਡੇ ਬੱਲਿਆ ਰਿਕਾਰਡ ਬੋਲਦੇ ਕਿ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲਿਆ ਰਿਕਾਰਡ ਬੋਲਦੇ ਉਧਰ ਗੋਰਾ ਸਪੇਨ ਸਾਡੇ ਵੀਰ ਆਏ ਹੋਏ ਹੈ ਹੰਬੋਲ ਬੇੜ ਪਿੰਡ ਚ ਕਹਿੰਦੇ ਵੱਡਾ ਕੱਪ ਕਰਵਾਇਆ ਇਹਨਾਂ ਨੇ ਬੀਤੇ ਦੀ ਨੀ ਹਰ ਸਾਲ ਕੱਪ ਕਰਵਾ ਦਿਆ ਹੈ ਹੰਬੋਲ ਬੇੜ ਦੀ ਧਰਤੀ ਦੇ ਗੋਰਾ ਸਪੇਨ ਵੀਰ ਸਾਡਾ ਕਹਿੰਦੇ ਵੀ ਛੋਟੇ ਦੀਆਂ 3 ਰੇਟਾਂ 1,000 ਰੁਪਏ ਦੀਆਂ ਹੋਣਗੀਆਂ ਜ਼ਿੰਦਗੀ ਦੇ ਬੜੇ ਸਤਿਕਾਰਯੋਗ ਵੀਰ ਨੇ ਨਾ ਇਹਦੇ ਪਾਸੇ ਦੇਖਦੇ ਵੀ ਕਬੱਡੀ ਪਾਉਣ ਦੇ ਲਈ ਨੌਜਵਾਨ ਕਹਿੰਦੇ ਵੀ ਸੁੱਖੀ ਵਧਿਆ ਹੋਇਆ ਮੇਰੇ ਵੀਰਿਓ ਇੱਕ ਸੁੱਖੀ ਲਿਖਦਾ ਪਿੰਡ ਕਕਰਾਲੇ ਕੱਪ ਚੁੰਮਣੇ ਨਹੀਂ ਉਹ ਸੁਖਾਲੇ ਤੇ ਮਾਰ ਕੇ ਧਾਲ ਬਗਾਨਾ ਪੁੱਤ ਪਾ ਦਿੰਦਾ ਹਨੇਰ ਜਿਹਾ ਕਿ ਕੌਡੀ ਪਾਉਣ ਲਈ ਚਾਹੀਦਾ ਲੋਕੋ ਦਿਲ ਪੱਪਰ ਸ਼ੇਰ ਜਿਹਾ
कौडी पाउंदी चाहिदा दिल बब्बर शेर रहा है। इधर कहने सरपंच साहब पूरे खुश ने, मैनू लगता भी आ जाफिया मुंडे का भेत पा गया है, पर अमन कहते नंबर का वादा करता अपनी टीम के लिए। छोटे जी कहते दूजी रेड़ है, तीन कौडिया से गोल्डी सरपंच वालों, ते नाल साडे कहते चाचा जी उन्हां वालों, हैप्पी सरपंच कानपुर वाले वालों 700 के बड़े मान, नाल कहते पम्मे चटाने वाले वालों बड़े मान लगे। उधर कहते शेरू अमृतपाल सिंह ढाके कहते हिक ते बह गया, ढाके कहते हिक ते बह गया। बिले हॉलैंड वाले वालों बड़े मान, नाल कहते दलजीत भाई वालों, नाल भरा साडा कहते बड़ा प्यारा वीरे गोगा दोल जगा दोलां मनों बड़े मान। पैंदी रेड़ ते माइक ते साडा वीर जेंगो एन सिरे दा मैच, इधरों सतनाम कहते भी उस नगर के जवाई ने जिन्होंने ऐलान कर दिता भी जेकर ढोडे मजे टीम जितती है तो 2100 दिता जाना। आओ सामने अमन की रेड पई हुई है, सामने चार जाफी ने खतरा नाल जो खेडण दा शौक रखदे सूरमे जमदे पंजाब दे बिच लोको, आओ राजे खेले जो मर्द दलेर हुंदे ओही उम्मीदे मैदाना दी हिक लोको। आ पंड ते साला वीर कहना भी 500 दे मान दिते जाणगे, ओए ताड़ी मार दो किंदा गल टिकाने ला गया, किंदा गल टिकाने ला गया, ओम सुखी आ गया, ओम सुखी आ गया। ये नाम मशहूर जिमे रोपड़ी है जिंदे दा जफ्फिया च जफ्फा ढोडे माए वाले किंदे दा हुंदियां सलामा। उधर छोटे दी सुखी दी रेड़ नूं के पंजाबी प्यार करदे ने, कबड्डी वाली खेड़ नूं सुखी कंगराला गल्लां लिखदा ना फोकियां के हर था पंजाबियां ने गुल मेखा ठोकियां, के हर था पंजाबियां ने गुल मेखा ठोकियां। इधर कहिंदे बिंदा बिंदा सोनी मावी कहना भी बिंदा जी ने नंबर दऊगा बड़े मान दिते जाणगे। बेले बाई जी बापू जी हरबंस सिंह जी भी कहते पूरे खुश ने, उधर अजेंद्रपाल खड़ना जी वह भी लाइव जुड़े हुए ने। इधर भरा साडा कहते पम्मा नाल हैप्पी सरपंच कानपुर वाले कहने चमकौर साहब की टीम का कोई भी जफी जफा लावे 500 दे बड़े मान गोल्डी सरपंच वे कहने अरश ते बिंदा भज गया। बिंदे दे लई सोनी मावी वालों बड़े मान, सोनी मावी वालों 500 दे ऐलान हो गए ने। आओ छोटे दी रेड़ पै चुकी है, सामने चार ने मामा दे बली पुत, ओए कोई कहना टीम चमकौर दी जितनी है, कोई कहना टीम ढोडे माजरे दी जितनी है, ओ जिन्ना चिर चलना मैच शक तो रहनी आ, ओ टल्ले दा कप धक तां पैणी आ, टल्ले दा कप धक पैणी धक पैरी है। इधर अमन आ गया कहिंदे फिर कबड्डी पाउण दे लई मेरे वीरियो जाफी कहिंदे चार ने ढोडे मजरा पिंड नूं दसता, कहिंदे भी ये मुंडिया ने भी किथे के पैंदा ढोडे मजरा पिंड उथों नौजवान देख सामने तेरे पाड़े दी सरहद नूं पार करके गभरू अमन कहिंदे इक तकड़ा नंबर जोड़दा होया। उधर बिले हॉलैंड वालों ते सारे हॉलैंड वाले भरा कहिंदे भी फौजी दा हर इक जफ्फा 500 रुपए का आएगा। ला रम्मी दी कहिंदे रेड़ पै रही इस वेले, खन्ने अपना चक मैग कर फिर गल, लो कहिंदे मुंडा ढोडे मारे वाला रेड़ पा रहा। उधर शेरू दे जफ्फे दे उपर साडे वीर इटली वाले करनवीर इटली, करनवीर इटली वालों 1000 दिता जाएगा शेरू दे जफ्फे दे उपर। सिरे दा मैच पंजाब स्पोर्ट्स क्लब एमस्टरडम वाले उह भरा कहिंदे लाइव जुड़े होए ने इहदे मेले दे नाल। इधर ककराली वाला कहिंदे अमर कबड्डी पाउण लई ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਅਮਨ ਕਕਰਾਲੀ ਵਾਲ ਜੀ ਕਹਿੰਦੇ ਰੇਡ ਪੈ ਰਹੀ ਹੈ ਜਿੰਗੋ ਕਰ ਵੀ ਗੱਲ, ਲਓ ਕਕਰਾਲੀ ਵਾਲੇ ਨੇ ਰੇਡ ਪਾਈ ਹੈ ਸ਼ਿੰਦਾ ਤੇ ਬਿੱਟੂ, ਆਓ ਕਿੰਨੇ ਵਰਗੇ ਨੇ, ਆਓ ਸ਼ਿੰਦੇ ਨੂੰ ਟੱਚ ਕਰ ਦਿੱਤਾ ਤੇ ਪੁਆਇੰਟ ਜਿਹੜਾ ਧਾਵੀ ਦੇ ਲਈ ਜੁੜਦਾ ਹੋਇਆ ਹੈ। ਐਨ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ, ਦੋਵੇਂ ਟੀਮਾਂ ਦੇ ਦਰਮਿਆਨ ਜਵਾਨਾਂ ਸ਼ੇਰ ਜੋ ਖੜਵਾਏ ਦੌੜਿਆਂ ਤੇ ਆ ਕੇ ਰੋਬ ਦੇ ਵਿੱਚ ਦਹਾੜਦੇ ਨੇ, ਆਓ ਦਗ ਦਗ ਨੇ ਸ਼ੇਰਾਂ ਦੇ ਕਰਮ ਤੇਰੇ ਵਿੱਚੋਂ ਵਿੱਚ ਪੈ ਲਲਕਾਰਦੇ ਨੇ, ਰਾਜੇੜਿਓ ਭਿੜਨਗੇ ਪੁੱਤ ਜੋਧੇ, ਦੇਖੋ ਪੱਟਾਂ ਤੇ ਥਾਪੀਆਂ ਮਾਰਦੇ ਨੇ, ਦੇਖੋ ਪੱਟਾਂ ਤੇ ਥਾਪੀਆਂ ਮਾਰਦੇ ਨੇ। ਗੱਲ ਟਿਕਾਣੇ ਲਾਤੀ ਸਤਨਾਮ ਨੇ ਵੀ, ਲੈ ਇੱਧਰ ਕਹਿੰਦੇ ਰੰਮੀ ਦੀ ਰੇਡ ਪੈ ਰਹੀ ਫਿਰ ਮੈਦਾਨ ਦੇ ਵਿੱਚ, ਜਾਫੀ ਕਹਿੰਦੇ ਚਾਰ ਸਾਹਮਣੇ, ਲਓ ਸ਼ੇਰੂ ਸ਼ੇਰੂ ਧਨੌੜੀ ਵਾਲਾ ਮੁੰਡਾ ਕਹਿੰਦੇ ਆਸਟ੍ਰੇਲੀਆ ਵੀ ਖੇਡਿਆ, ਮੁੰਡਾ ਕੈਨੇਡਾ ਵੀ ਖੇਡਿਆ, ਪਰ ਤਾੜੀਆਂ ਕਹਿੰਦੇ ਰੰਮੀ ਨੇ ਮਰਵਾਤੀਆਂ ਦਰਸ਼ਕਾਂ ਤੋਂ ਪੁਆਇੰਟ ਜੋੜ ਕੇ ਆਪਣੀ ਟੀਮ ਦੇ ਲਈ। ਲਾ ਅਮਨ ਆ ਗਿਆ ਫਿਰ ਕਹਿੰਦੇ ਵੀ ਕਕਰਾਲੀ ਵਾਲਾ, ਅਮਨ ਆ ਗਿਆ ਕਹਿੰਦੇ ਕਕਰਾਲੀ ਵਾਲਾ, ਇੱਧਰ ਕਹਿੰਦੇ ਗੋਲਡੀ ਸਰਪੰਚ ਦੇ ਚਾਚਾ ਜੀ ਇਹ ਵੀ ਵੱਡੇ ਮਾਣ ਪੁੱਤੇ
चाचा जी का कहने गह गड़वा धनबाद है। करणवीर इटली वाला कहना भी आ कौड़ी से 500, करणवीर इटली वालों सारे रैफरी 1000 लो कहते कि अमन भज गया ककराली वाला। करणवीर इटली वालों सारे रैफरी 1000 है मनी सत्ते माया फड़ लो मेरा वीर पैंदी रेड लाओ। उधरों सतनाम कहते भी जमाई भाई ने नगर दे जेकर ढोडे मजे गिनती 3200 दिता जाना 1000 होर बढ़ गया। लाओ छोटे की रेड पाई हुई है सामने चार जाफी मामा दे बली पुत्तां दे विचों मैं वेखदा भी आओ नायवान गोपी दोत कर रहा ताड़ी मारो दर्शक वीरो एन मुंडा सिरे दा जफा ला गया के भर गया मेला पूरा कट होगा डले का मेला खन्ने वाले पूरा अत होगा। अत होगा नहीं अत हो गया क्योंकि कहते अज वह जितना हारा हुई ने भी तेरी जित नहीं वो चर्चा जिन्ना रौला साड़ी हार दा जिन्ना रौला साड़ी हार दा। इधर कहते बिंदा नंबर का वाधा कर दिया अपनी टीम के लिए साढ़े मेजर सिंह जी चाचा जी ये भी कहते पूरे खुश ने अज का मेला कहते दुनिया च धुम पई हुई है वड्डे मेले की। लोग कहते कबड्डी जी ढोटे मजरे वाली पैरी कड़ियाने बड़ा की ख्याल है रामी कहते कबड्डी पाने लिए मैदान वध्या होया मेरे वीरियो कि तीसरे महीने की तरीक होगी 26 मित्रों जवानी कदे मिलदी ना लभी ग्राम पंचायत अते समूह नगर निवासियां रीझ लागे रब ने मूर्तां तराशियां सतनाम जंग जसा करखना कलवीर सवरौली ते नाल कहिंदे बब्बू खन्ना ते सुखी ककराले डल्ले पिंड च कबड्डियां गल ये जानदा है सारा बन्ना चन्ना गल ये जानदा है सारा बन्ना चन्ना गल्लां कहिंदे वी बन्ने चन्ने दे विच होईआं भी डले धक पै रही है। आओ सामने ककराली वाले अमन की रेड पई हुई है चार जाफी मामा दे बली पुत्तां दे विचों। आओ अर्श कहिंदे वी दोवां दा पिंड ककराली वाधा है दोवां दा पिंड ककराली वाधा है पण जिहड़ा धावी दे लई आओ गुंदवें शरीर दा नायबान कहिंदे वी छोटा इस समय ढोडे माजरे की धरती का कबड्डी पा रहा है चार जाफी पट्टा ते थापिया मार रहे ने अंजा ते पाली तनौरियो भी लाइव तक रहे ने। आओ सामने वेखो भी मैदान दे विच एन मुंडा सिहो माजरे वाला फौजी बिल्ला कहिंदा भी बड़े मान देने हॉलैंड वाला बड़े मान देने ने लै भी बब्बू शेड़ गल मुंडे दी। ओ कहिंदे कबड्डी कौन पावेगा मेरे वीरू अज कहिंदे दुनिया खुश है आ रेड ते ग्राम पंचायत डल्ले वालों कहिंदे 500 दे बड़े मान जिहड़े दित्ते जाणगे डल्ले दी ग्राम पंचायत वालों। उधर मेजर सिंह जी चाचा जी कहिंदे पूरे खुश ने बिल्ला बाई कहिंदा जगे दे लोड़ी गोके होणी भी जिहड़ा खिडारी फाइनल विचों वधिया खेडूगा ना भी ओह भी यूरप दे ग्राउंडां विच खेडू गोके दिओल उहनां वालों अंबरसरीए दलजीत वालों पिले बाई वालों ते जगे त्योल वालों कहिंदे ऐलान है। इधर कहिंदे पैंदी रेड ते अमन ककराली वाला ग्राम पंचायत डल्ले वालों 500 ककराली वाले अमन दे लई बड़े माण पैंदी रेड ते जेंगो की ख्याल अगली रेड दा ना सिरे दा मैच है पैंदे बिना ढोल तो भंगड़े दुनिया बेदी खड़ खड़ के हुण नवे पिंड दा राजा खेला लिखदा कोके जड़ जड़ के ते नवे पिंड दा राजा खेला लिखदा कोके जड़ जड़ के ते मुड़को मुड़की होया देखो जोर चोपरावा कंडा भी नहीं चुभदा किस जिस्म कठोर जोपरावा के चढ़ी जवानी गर्म खून ललकारे ता वजदे के राजे खेले मर्द मदानो डर के नहीं भजदे राजे खेले मर्द मदानो डर के नहीं भजदे। उधर सतनाम न्यू चंडीगढ़ वाला कहिंदा भी जेकर जफा लाउंदे आ ढोडे माजरे वाले तो 500 दिता जाना जे जित दिया टीम 3100 खन्ने वाले अमन आ गया। लाओ अमन आ गया अमन कहिंदे ककराली वाला आ गया। इधर साडा वीर करन भाई कहिंदा भी आ कौड़ी दे उपर 500 दे बट्टे मान सतनाम खर वालों भी बट्टे मान कहिंदे अरशो ते अमन भज गया है। अज गुरमुख भाई भी कहिंदे पूरा खुश है गुरमुख साडा वीर है पिले वीर का कहते ब्रदर गुरमुख पूरा खुश है पम्मे हुणी गोल्डी उन्हां दा कहते सरपंच साहब का चा नहीं चक्या जांदा है कानपुर वाला कहते हैप्पी सरपंच भी पूरा खुश है नाल चाचा जी साडे मेजर सिंह जी ये भी पूरे खुश लै भी ओ मैं बब्बू इधर साडा वीर हरप्रीत चीमा बिल्ला चकलोट करणवीर होना वालों ते सतनाम होना वालों अपने तिने भरावां दे लई 500 रुपया विशेष तौर ते ना बोलां दे लई पुज्जिया
ਧੰਨਵਾਦ ਲਓ ਰੇਡ ਕਹਿੰਦੇ ਵੀ ਸੁੱਖੀ ਦੀ ਪਈ ਹੋਈ ਹੈ ਯਾਰਾਂ ਦਾ ਰੱਖਿਆ ਫੁੱਲ ਮਹਿਕਮਾ ਯਾਰਾਂ ਦੀ ਹਾਂ ਦੇ ਵਿੱਚ ਹਾਂ ਬੋਲਦਾ ਐਵੇਂ ਨਹੀਂ ਸਪੀਕਰਾਂ ਚ ਨਾ ਬੋਲਦਾ ਕੀਤੀਆਂ ਨੇ ਮਿਹਨਤਾਂ ਬੋਲਦਾ ਕੀਤੀਆਂ ਨੇ ਮਿਹਨਤਾਂ ਇਹ ਤਾਂ ਬੋਲਦਾ ਮਿਹਨਤ ਕਰਨੀ ਪੈਂਦੀ ਹੈ ਮੁਸ਼ਕਤ ਕਰਨੀ ਪੈਂਦੀ ਹੈ ਕਿਸੇ ਕੋਚ ਗੁਰੂ ਦਾ ਪੱਲਾ ਫੜਨਾ ਪੈਂਦਾ ਸੋਨੇ ਵਾਂਗੂ ਢਲ ਕੇ ਭੱਠੀ ਵਿੱਚ ਰੰਗ ਚਮਕਾਉਣੇ ਪੈਂਦੇ ਨੇ ਕਿ ਕਬੱਡੀ ਖੇਡ ਨਹੀਂ ਕੋਈ ਮੰਤਰ ਜੋਰ ਲਗਾਉਣੇ ਪੈਂਦੇ ਨੇ ਕਬੱਡੀ ਖੇਡ ਨਹੀਂ ਕੋਈ ਮੰਤਰ ਜੋਰ ਲਗਾਉਣੇ ਪੈਂਦੇ ਨੇ ਅਜੇ ਮੇਲੇ ਨੂੰ ਸਫਲ ਬਣਾਉਣ ਦੇ ਲਈ ਗ੍ਰਾਮ ਪੰਚਾਇਤ ਦਾ ਕਿਤੇ ਵੱਡਾ ਯੋਗਦਾਨ ਹੈ ਗ੍ਰਾਮ ਪੰਚਾਇਤ ਦਾ ਠੋਕ ਵਜਾ ਕੇ ਕਹਿੰਦੇ ਧੰਨਵਾਦ ਕੀਤਾ ਜਾ ਰਿਹਾ ਹੈ ਬੜਾ ਵੱਡਾ ਯੋਗਦਾਨ ਹੈ ਸਾਰੀ ਗ੍ਰਾਮ ਪੰਚਾਇਤ ਅੱਜ ਦੇ ਮੇਲੇ ਨੂੰ ਸਫਲ ਬਣਾਉਣ ਦੇ ਲਈ ਉੱਧਰ ਪੰਜਾਬ ਸਪੋਰਟਸ ਕਲੱਬ ਐਮਸਟਰਡਮ ਹਾਲੈਂਡ ਵਾਲੇ ਭਰਾ ਸਾਡੇ ਬਿੱਲੇ ਹੁਣੀ ਉਹ ਕਹਿ ਰਹੇ ਵੀ ਅਗਲੇ ਸਾਲ ਪਹਿਲਾ ਪ੍ਰਾਈਜ਼ ਸਾਡੇ ਬੜੇ ਸਰਕਾਰ ਯੋਗ ਈਸ਼ਰ ਕੇ ਪਰਿਵਾਰ ਵੱਲੋਂ ਕਹਿੰਦੇ ਦਿੱਤਾ ਜਾਵੇਗਾ ਪਹਿਲਾ ਪ੍ਰਾਈਜ਼ ਮਾਰ ਦਿੱਤਾ ਜਾਣਾ ਆਹ ਰੇਡ ਪਾਉਣ ਦੇ ਲਈ ਕਹਿੰਦੇ ਵੀ ਸੁੱਖੀ ਆ ਗਿਆ ਨਾਲ ਸੁੱਖੀ ਦੀ ਰੇਡ ਪਈ ਹੋਈ ਆ ਸ਼ੇਰੀ ਜੇਕਰ ਜੱਫਾ ਲਾਵੇਗਾ ਇਟਲੀ ਵਾਲੇ ਕਹਿੰਦੇ 500 ਦਿੱਤਾ ਜਾਵੇਗਾ ਔਰ ਜਿੱਥੇ ਸਾਡਾ ਵੀ ਸਤਨਾਮ ਨਿਊ ਚੰਡੀਗੜ੍ਹ ਕਹਿੰਦਾ ਵੀ ਜੇਕਰ ਟੋਟੇ ਮਾਜਰੇ ਵਾਲੀ ਜੱਫਾ ਲਾਉਂਗੇ 500 ਔਰ ਗੋਪੀ ਦੇ ਸੁੱਖੀ ਸੁੱਖੀ ਦੇ ਗੋਪੀ ਦੇ ਸੁੱਖੀ ਸੁੱਖੀ ਦੇ ਗੋਪੀ ਹਾਂ ਧੱਕ ਪੈ ਗਈ ਤਾੜੀ ਮਾਰ ਦੋ ਦਰਸ਼ਕ ਵੀਰੋ ਜ਼ੋਰਦਾਰ ਆਹ ਮੁੰਡਾ ਮੇਲਾ ਲੁੱਟ ਗਿਆ ਮੁੰਡਾ ਮੇਲਾ ਲੁੱਟ ਗਿਆ ਮੇਲਾ ਬਣ ਗਿਆ ਡੱਲੇ ਦਾ ਕਹਿੰਦੇ ਮੇਲਾ ਬਣ ਗਿਆ ਧੁੰਮ ਪੈ ਗਈ ਡੱਲੇ ਦੇ ਕਬੱਡੀ ਕੱਪ ਦੀ ਕਿ ਦੇਖ ਲਓ ਕਰੋਨਾ ਚ ਜਵਾਨੀ ਨੱਚਦੀ ਧੁੰਮ ਪੈ ਗਈ ਡੱਲੇ ਦੇ ਕੱਪ ਦੀ ਇੱਧਰ ਗੁਰਮੁਖ ਵੀਰ ਆ ਸਾਡਾ ਗੁਰਮੁਖ ਵੀਰ ਹੈ ਇਹ ਕਹਿੰਦਾ ਅਗਲੇ ਸਾਲ ਇਦੋਂ ਵੀ ਸਿਰੇ ਦਾ ਕੱਪ ਕਰਵਾਵਾਂਗੇ ਕਿਉਂਕਿ ਮਾਣ ਹੈ ਕਹਿੰਦੇ ਭਰਾਵਾਂ ਨੂੰ ਸਾਡੇ ਸਰਪੰਚ ਸਾਹਿਬ ਪੂਰੇ ਖੁਸ਼ ਨੇ ਗੋਲਡ ਯੂਨੀ ਭਰਾ ਸਾਡੇ ਹੈਪੀ ਸਰਪੰਚ ਵੀ ਪੂਰਾ ਖੁਸ਼ ਹੈ ਰਿੰਕੂ ਸਾਡਾ ਵੀਰ ਹੈ ਜਿਹਦੀ ਯਾਰੀ ਕਹਿੰਦੇ ਬਿੱਲੇ ਬਾਈ ਦੇ ਨਾਲ ਹੈ ਇੱਧਰ ਕਹਿੰਦੇ ਕਕਰਾਲੀ ਵਾਲੇ ਅਮਨ ਦੀ ਰੇ ਉਹ ਸਾਹਮਣੇ ਕਮਾਲ ਹੋ ਗਈ ਹੈ ਇਧਰੋਂ ਕਰਨ ਇਟਲੀ ਗੁਰਤਾਜ ਇਟਲੀ ਵੱਲੋਂ ਕਹਿੰਦੇ ਵੀ ਸ਼ੇਰੂ ਦੇ 2 ਜੱਫਿਆਂ ਦਾ 1000 ਆ ਜੱਫੇ ਦੇ ਉੱਪਰ ਸਾਡੇ ਗੋਲਡੀ ਸਰਪੰਚ ਸਾਹਿਬ ਵੱਲੋਂ ਪਰ ਮੈਂ 500 ਸਮਾਪਤ ਗੋਲਡੀ ਸਰਪੰਚ ਜੀ ਲੈ ਵੀ ਧੂੜ ਵਾਲਿਆ ਤੇਰੀ ਗੱਲ ਸੱਚ ਹੋ ਗਈ ਹੈ ਮਨੀ ਆਇਆ ਵੀ ਸੀਗਾ ਮੇਰੇ ਕੋਲੇ ਭੱਜ ਕੇ ਉਹ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਕਿਉਂਕਿ ਅੱਜ ਅੱਗੇ ਡਿਊਟ ਕਮੈਂਟਰੀ ਹੁੰਦੀ ਅੱਜ ਟਿਊਟ ਕਮੈਂਟਰੀ ਹੋਈ ਹੈ ਬੱਬੂ ਹਰਪ੍ਰੀਤ ਚੀਮਾ ਚੱਕ ਲੋਟ ਵਾਲਾ ਤੇ ਨਾਲੀ ਸਾਡਾ ਵੀਰ ਵੱਡੇ ਮਾਣ ਪੁੱਜੇ ਕਰਦਾ ਮੈਂ ਬੱਬੂ ਦੇ ਹਵਾਲੇ ਗੁਰਤਾਜ